ਸਾਸਰੀਕਾਲ ਜੀ ਸਾਡੇ ਵੱਲੋਂ ਜਾਨੀ ਕੇ ਸੰਗਾ ਫੈਮਿਲੀ ਵੱਲੋਂ ਅੱਜ ਆਏ ਸੀ ਖੂਤੇ ਤੁਹਾਨੂੰ ਪਤਾ ਹੀ ਆ ਕਹਿੰਦੇ ਹੁੰਦੇ ਆ ਵੀ ਜੰਗ ਜੂੰਦਿਆਂ ਦੇ ਮਿੱਲੇ ਜਾਂ ਘਰ ਬਸ ਘਰ ਦੇ ਬਸਦਿਆਂ ਦੇ ਨਾਲ ਹੀ ਆ ਅੱਜ ਉਹ ਖੋਲੀਆਂ ਜਿੱਥੇ 10 12 ਪਸ਼ੂ ਸੀਗੇ ਸਾਰੀਆਂ ਬੇਲੀਆਂ ਹੋਈਆਂ ਪਈਆਂ ਯਾਰੜ ਹੀ ਪੈ ਗਿਆ ਕਸਮ ਦਾ ਜਦੋਂ ਕਿਸੇ ਨੇ ਬੜੀ ਰੀਚ ਨਾਲ ਸਾਰਾ ਕੁਝ ਬਣਾਇਆ ਹੁੰਦਾ ਨਾ ਇੱਕਦਮ ਯਾਰੜ ਪੈ ਜਾਂਦਾ ਤੇ ਫੇਰ ਥੋੜਾ ਜਿਹਾ ਤੁਹਾਨੂੰ ਪਤਾ ਹੀ ਆ ਕਿਦਾਂ ਦਾ ਹਿਸਾਬ ਕਿਤਾਬ ਹੋ ਜਾਂਦਾ ਸਾਰੇ ਬੰਨੇ ਮਸ਼ੀਨ ਇੰਜਨ ਉਦਾਂ ਹੀ ਪਏ ਆ ਆ ਦਿਉਲ ਸਾਹਿਬ ਨੇ ਪਰੇ ਚੁੱਲਾ ਬਣਾਇਆ ਸੀ ਉਹ ਵੀ ਉਦਾਂ ਹੀ ਤੂੜੀ ਪਈ ਅੰਦਰ ਅੱਧੀ ਥੋੜੀ ਗਾਲ ਵੀ ਗਈ ਆ ਕੁਝ ਤੇ ਪਸ਼ੂਆਂ ਵਾਲਾ ਅੰਦਰ ਵੀ ਰੇੜੀਆਂ ਰੂੜੀਆਂ ਪਈਆਂ ਬਾਬਿਓ ਦੇਖ ਲੋ ਸਾਰੇ ਬੰਨੇ ਰੋ ਖੋਦਾਂ ਹੀ ਅੱਡਾ ਗੱਡਾ ਮਸ਼ੀਨ ਸ਼ੈੱਡ ਪਾਈ ਸੀ ਨਵੀਂ ਉਹ ਵੀ ਉੱਦਾਂ ਹੀ ਰਹਿ ਗਈ ਤੇ ਮਤਲਬ ਕਈ ਵੀਰ ਕਹਿੰਦੇ ਨਹੀਂ ਉਹਦਾ ਮੈਂ ਆਪਣੀ ਮੰਨ ਦੀ ਗੱਲ ਦੱਸਣ ਲੱਗਾ ਵੀ ਪਸ਼ੂ ਅਸੀਂ ਸ਼ੌਂਕ ਨੂੰ ਨਹੀਂ ਛੱਡੇ ਮਤਲਬ ਕਈ ਮਜਬੂਰੀਆਂ ਹੋ ਜਾਂਦੀਆਂ ਜਿਨ੍ਹਾਂ ਨੇ ਰੱਖੇ ਉਹਨਾਂ ਨੂੰ ਪਤਾ ਜਦੋਂ ਖੜੇ ਪੈਰ ਵੇਚਨੇ ਪੈਣ ਕਿਸ ਹਾਲ ਕਦਾ ਹੁੰਦਾ ਮਨ ਬਹੁਤ ਦੁਖੀ ਹੁੰਦਾ ਹੁਣ ਕਹਿ ਨਹੀਂ ਸਕਦੇ ਭਾਵੇਂ ਸਾਡਾ ਦੂਜਾ ਕੰਮ ਕੱਪੜਿਆਂ ਵਾਲਾ ਚੱਲ ਪਿਆ ਪਰ ਜਿਹੜਾ ਸਾਡਾ ਵਿਰਸਾ ਜਿਹੜਾ ਜਿੰਨਾ ਹੀ ਜੁੜੇ ਆ ਉਹ ਨਹੀਂ ਮਤਲਬ ਉਹਨੂੰ ਚੀਜ਼ ਨੂੰ ਨਹੀਂ ਛੱਡ ਸਕਦੇ ਤੇ ਆ ਦੇਖ ਲਓ ਕਾਣਕ ਬੜੀ ਬਹੁਤ ਵਧੀਆ ਹੋਈ ਕਿਉਂਕਿ ਇਸ ਇੱਥੇ ਵਿੱਚ ਕਦੀ ਕਾਣਕ ਨਹੀਂ ਬੀਜੀ ਸੀ ਐਸ ਪੱਠੇ ਬੀਜੀਦੇ ਹੀ ਬੜੇ ਰੂੜੀ ਰਾੜੀ ਵਾਧੂ ਪਈ ਆ ਫੁੱਲੇ ਢੇਕਾਂ ਢੁੱਕਾਂ ਵੀ ਤੁਹਾਨੂੰ ਪਤਾ ਹੀ ਆ ਅੱਜ ਵੀ ਚੇਤੇ ਆਉਂਦੇ ਕੱਲੇ-ਕੱਲੇ ਕੀਲੇ ਤੇ ਸਾਡੀ ਮਾਤਾ ਨੇ ਨਾਂ ਰੱਖੇ ਹੁੰਦੇ ਸੀ ਗੋਮਾ, ਸੋਮਾ, ਰਾਣੀ ਉਹਦੇ ਉਹ ਸਾ ਤੂੰ ਭਰਾਵਾ ਇੱਥੇ ਨਾ ਕੋਈ ਲੜਾਲੀ ਆ ਜਾ ਅੱਗੇ ਮਸੀਂ ਸਾਰੀ ਗੇਮ ਇਦਾਂ ਹੀ ਸਾਰੀ ਖਰਾਬ ਹੋਈ। ਲੇਮਨੀ ਸੀ ਲਈ ਆਪਾਂ ਲਿਆ ਕੇ ਜਿਹਦਾ ਸਿਰ ਕੋਈ ਤੋੜ ਕੇ ਆ ਸੀਗਾ ਫੇਰ ਮੈਂ ਵਾਰਾ ਉਹ ਢੱਕਾ ਹੀ ਲਾਤਾ ਸੀਗਾ। ਉਹ ਵਾਰ ਨਹੀਂ ਹੁਣ ਕਿੱਡੀ ਹੋਈ। ਇਹਨ ਰਹਿਣ ਦੇ ਬਸ ਇਦਾਂ ਭਰਾਵਾ। ਮੈਂ ਮੰਨਣਾ ਇੰਨਾ ਦਿਲ ਡਰ ਜਾਂਦਾ ਕਈ ਵੇਲੇ ਡਰਿਆ। ਵੇ ਕਾਨਕ ਨੂੰ ਮੈਂ ਨੱਕਾ ਵੀ ਨਹੀਂ ਕਰਨ ਜਾ ਹੁੰਦਾ ਉਹ ਵੀ ਕਿਸੇ ਨੂੰ ਆਪਣੇ ਭਰਾ ਨੂੰ ਜਾਂ ਕਿਸੇ ਦਾ ਤਾਲਾ ਕਰੀਦਾ ਭਰਾਵਾ ਨੱਕਾ ਮੋੜ ਦੇ ਮਤਲਬ ਇੱਕ ਡੈਲ ਜਿਹਾ ਮਨ ਚ ਨਾ ਬੈਠਾ ਬਾਕੀ ਸਾਡੀ ਦੁਕਾਨ ਤੇ ਬਹੁਤ ਵੀਰ ਸਪੋਰਟ ਕਰਦੇ ਉਹ ਨਹੀਂ ਵੀ ਦੁਕਾਨ ਵੱਲੋਂ ਕਿਸੇ ਗੱਲ ਦੀ ਘਾਟ ਆ ਪਰ ਜੋ ਇੱਥੇ ਹੋਇਆ ਉਹ ਚੇਤੇ ਕਰਕੇ ਕਈ ਵੇਲੇ ਨਾ ਮੰਨੀਆਂ ਪਾ ਰਹੇ ਹਾਂ ਹੂੰ ਓਏ ਗੱਲ ਨਹੀਂ ਹੁੰਦੀ ਵੀ ਗੱਲ ਕਰੀਏ ਕੀ ਤੇ ਚਲੋ ਠੀਕ ਆ ਫੇ ਹੁਣ ਬਾਕੀ ਵਲੌਗ ਬਣਾਉਣੇ ਘਰੇ ਕਿਉਂਕਿ ਉਹ ਦੁਕਾਨ ਤੇ ਸ਼ਾਪ ਤੇ ਵੀ ਕੋਈ ਮੈਨਾਂ ਆਏ ਸੀਗੇ ਤੇ ਕਰਦੇ ਆ ਫੇ ਗੱਲਬਾਤ ਕਿੱਥੋਂ ਵੀ ਆਏ ਆ ਸਾਰੀ ਗੱਲਾਂ ਨੂੰ ਉਤਸ਼ਾਹ ਕਰਦੇ ਚੱਲੀਏ ਦੋਸਾਂ ਕਿਉਂਕਿ ਇੱਥੇ ਤਾਂ ਬਾਲਾ ਜਹ ਰੋਕਮ ਨਹੀਂ ਹੁੰਦਾ ਉਹਨਾਂ ਨੂੰ ਹੁਣ ਇੱਕ ਦਿਨ ਕਿਸੇ ਵੀਰ ਨੇ ਮੈਨੂੰ ਕਿਹਾ ਇੰਜਨ ਮਸ਼ੀਨ ਵੇਚਣੀ ਆ ਇੱਕ ਦਿਲੋਂ ਧਾਰ ਨਿਕਲ ਕੇ ਵੀ ਵੀ ਕਿਦਾਂ ਵੇਚ ਦਈਏ ਚਲੋ ਚੰਗਾ ਫੇਰ ਕਰਦੇ ਗੱਲ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੁਣ ਆਪਾਂ ਖੂਤੇ ਗਏ ਖੂਤੇ ਜਾਣ ਨੂੰ ਵੀ ਹੁਣ ਕਿਹੜਾ ਜੀ ਕਰਦਾ ਕਿਉਂਕਿ ਕਹਿੰਦੇ ਹੁੰਦੇ ਆ ਵੀ ਖੂਤੇ ਵੀ ਤਾਂ ਹੀ ਜਾਵਾਂ ਜੇ ਬੰਦਾ ਚਾ ਨਾ ਜਾਂਦਾ ਹਨ ਤੇ ਹੁਣ ਜਿੱਦਾਂ ਭਾਵੇਂ ਆਪਣਾ ਨਾ ਕੱਪੜਿਆਂ ਦਾ ਕੰਮ ਸੈੱਟ ਚੱਲਦਾ ਵਧੀਆ ਚੱਲਦਾ ਇੱਕ ਮਹੀਨੇ ਚ ਜੋ ਵੀ ਬਾਬੇ ਨੇ ਉਹ ਕਿਰਪਾ ਕੀਤੀ ਆ ਵੀ ਬਾਹਰੋਂ ਵੀ ਆਪਾਂ ਨੂੰ ਵਧੀਆ ਕੋਰੀਅਰ ਕਰੀ ਦੇ ਆ ਸਾਰੇ ਭਰਾ ਭੈਣ ਇੰਨਾ ਸਾਥ ਦਿੰਦੇ ਨੇ ਮੈਂ ਇੱਕ ਗੱਲ ਹੋਰ ਦੇ ਦਾਨਾ ਵੀ ਉਹਨਾਂ ਨੂੰ ਇਹ ਨਹੀਂ ਕੱਪੜੇ ਹਰ ਪਾਸਿਓਂ ਮਿਲ ਜਾਣੇ ਆ ਕਈ ਵਾਰ ਲਿਆਂ ਕੰਟਰੀਆਂ ਚੋਂ ਲੈ ਕੇ ਆਉਂਦੇ ਆ ਕਈ ਪਰ ਉਹ ਸਾਡੇ ਨਾਲ ਪਿਆਰ ਕਰਦੇ ਆ ਤੇ ਮੈਨੂੰ ਬੜਾ ਉਦੋਂ ਵਧੀਆ ਲੱਗਦਾ ਜਦੋਂ ਕੋਈ ਪੰਜਾਬੀ ਹੌਸਲਾ ਢਾ ਕੇ ਬੈਠਾ ਆਂਦਾ ਤੇ ਆਪਣੇ ਪੰਜਾਬੀ ਤੁਹਾਨੂੰ ਪਤਾ ਵੀ ਬਹੁਤ ਜ਼ਿਆਦਾ ਉਹਨੂੰ ਜਿਹਦਾ ਸ਼ਾਇਦ ਕਰਦੇ ਆ ਵੀ ਸਾਡਾ ਵੀਰ ਥੱਲੇ ਨੂੰ ਨਾ ਜਾਵੇ ਬਲਕਿ ਚੜ੍ਹਦੀ ਕਲਾ ਨੂੰ ਜਾਵੇ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਆ ਜਦੋਂ ਆਪਣੇ ਨਾਲ ਬਿਮਾਰ ਹੋਣ ਦੇ ਚਾਂਸ ਹੋਏ ਸੀ ਇੰਬਲੌਗ ਅਸੀਂ ਉਦਾਂ ਵੀ ਬਣਾਈ ਤੇ ਨਾਰਮਲ ਪਰ ਉਹ ਸਾਡੀ ਰੇਂਜ ਬਹੁਤ ਜ਼ਿਆਦਾ ਕਿਉਂਕਿ ਜਦੋਂ ਬੰਦਾ ਕੋਈ ਦੁਖੀ ਹੁੰਦਾ ਉਹਨੂੰ ਉਹਦੀ ਸਟੋਰੀ ਸੋ ਬਹੁਤ ਲੋਕੀ ਸੁਣਦੇ ਆ ਵੀ ਉਹਦੇ ਦੁੱਖ ਚ ਚਾਅ ਮਲ ਹੋਣ ਲਈ ਉਹਨੂੰ ਹੌਸਲਾ ਦੇਣ ਲਈ ਹਨਾ ਵੀ ਕਾਫੀ ਲੋਕਾਂ ਨੇ ਉਹ ਸੁਣਿਆ ਸੀ ਪਰ ਕੋ ਦਾ ਕੰਮ ਹੋਣਾ ਇਦਾਂ ਆ ਵੀ ਉਹ ਸਾਡਾ ਬਜ਼ੁਰਗਾਂ ਦਾ ਕੀਤਾ ਸੀ ਤੁਰੇ ਫਿਰਦੇ ਆਪਾਂ 50% ਬੰਦਾ ਸਿੱਖ ਜਾਂਦਾ ਕੋਈ ਮਤਲਬ ਤਿਆਰਬੇ ਦੀ ਲੋੜ ਨਹੀਂ ਹੁੰਦੀ ਜਿਹੜਾ ਬੰਦਾ ਸ਼ੁਰੂ ਤੋਂ ਪਰਿਵਾਰ ਜਿਹਦਾ ਕਿਸਾਨੀ ਕਰਦਾ ਉਹਨੂੰ ਆਪਾਂ ਨੂੰ ਔਲੀ-ਔਲੀ ਜਾਣ ਲੱਪੈਣਾ ਅੱਧੇ ਕੰਮ ਆਪਾਂ ਨੂੰ ਆਈ ਜਾਣੇ ਜਦੋਂ ਆਪਣੇ ਪੈਰਾਂ ਤੇ ਖੜੇ ਕਹੋ ਜੀ ਤਾਂ ਪਰ ਜਿਹੜਾ ਹੁਣ ਆਪਾਂ ਨਵਾਂ ਕੰਮ ਇਹ ਵੀ ਵਧੀਆ ਚਲੋ ਬਾਬੇ ਨੇ ਮਿਹਰ ਕਰਨੀਆਂ ਕਿਉਂਕਿ ਇਹਦੇ ਇਹ ਆਪਾਂ ਸਿਰਫ ਉਦਾਂ ਹੀ ਚੱਲ ਪਏ ਆ ਪਰ ਗਾਂ ਤੋਂ ਗਾਂ ਵਾਕ ਵੀ ਹੁੰਦਾ ਜਦੋਂ ਕਹਿੰਦੇ ਹੁੰਦੇ ਬਾਬਾ ਹੱਥ ਫੜਦਾ ਫਿਰ ਲੋੜ ਨਹੀਂ ਹੁੰਦੀ ਫਿਰ ਤਾਂ ਬੰਦੇ ਨੇ ਤਾਂ ਉਹਨੂੰ ਆਪੇ ਆਪ ਜਾਣਾ ਤੇ ਢਾਡੇ ਵੀਰਾਂ ਦੀਆਂ ਜਿੱਦਾਂ ਦੀਆਂ ਸਾਡੇ ਨਾਲ ਸਪੋਰਟ ਆਣ ਜਿੰਦਾਂ ਸਾਨੂੰ ਵਧੀਆ ਮੈਸੇਜ ਕਰਦੇ ਆ ਵੀਡੀਓ ਕਾਲ ਕਰਦੇ ਆ ਸਾਨੂੰ ਆਪਣਾ ਪਰਿਵਾਰ ਸਮਝਦੇ ਆ ਦੁੱਖ ਸੁੱਖ ਵਿੱਚ ਸਾਡੀ ਗੱਲ ਸੁਣਦੇ ਆ ਤੇ ਆਪਦੀ ਵੀ ਸੁਣਾਉਂਦੇ ਆ ਕਿਉਂਕਿ ਆਪਾਂ ਘਰ ਦੀ ਗੱਲ ਉਸ ਬੰਦੇ ਨਾਲ ਜਾਂ ਉਸ ਵੀਰ ਭੈਣ ਨਾਲ ਸ਼ੇਅਰ ਕਰ ਸਕਦੇ ਆ ਜਿੰਨਾ ਆਪਣਾ ਮਾਨੋ ਪਿਆਰ ਹੋਵੇ ਹਰ ਕਿਸੇ ਨਾਲ ਗੱਲ ਨਹੀਂ ਸ਼ੇਅਰ ਹੁੰਦੀ ਅੱਜ ਕੱਲ ਤਾਂ ਇੱਥੇ ਗੱਲ ਕਰੋ ਤੇ ਵੀ ਗੱਲਾਂ ਲੋਕੀ ਇੱਕ ਦੂਜੇ ਦੀਆਂ ਬਣਾ ਕੇ ਕਰ ਦਿੰਦੇ ਪਰ ਗੱਲ ਇਹ ਆ ਵੀ ਮੜਾ ਟਾਈਮ ਵੀ ਬੜਾ ਦੇਖਿਆ ਚਲੋ ਜੋ ਵੀ ਉਹ ਨੰਗ ਗਿਆ ਉਹ ਗੱਲਾਂ ਨਹੀਂ ਪਰ ਗੱਲ ਕਿਤੇ ਨਾ ਕਿਤੇ ਫੇਖੂ ਤੇ ਜਾ ਕੇ ਖੇਤੀ ਬਾੜੀ ਵਿੱਚ ਧੜਕਦੀ ਆ ਚਲੋ ਕਿਤੇ ਨਾ ਡੇਰਾ ਬਣਿਆ ਆ ਕਿਤੇ ਨਾ ਕਿਤੇ ਹੋਇਆ ਤਾਂ ਜ਼ਰੂਰ ਤਮੰਨਾ ਵੀ ਫੇਰ ਦੁਬਾਰਾ ਭਾਵੇਂ ਸਾਡਾ ਇਹ ਵੀ ਕੰਮ ਚੱਲਦਾ ਰਹੇ ਤੇ ਇੱਕ ਅੱਧਾ ਪਸ਼ੂ ਜਾਂ ਦੋ ਜ਼ਰੂਰ ਰੱਖਾਂਗੇ ਕਿਉਂਕਿ ਉੱਥੇ ਜਾ ਕੇ ਮਨ ਦਾਸ ਜਿਹਾ ਹੋ ਜਾਂਦਾ ਪਤਾ ਨਹੀਂ ਕੀ ਗੱਲ ਤੇ ਜਾਣਾ ਵੀ ਤਾਈਉ ਘਟ ਲੱਗਦਾ ਪਰ ਹੁਣ ਉੱਥੇ ਉਹ ਜਿਹੜੀਆਂ ਚੀਜ਼ਾਂ ਉੱਚੜ ਗਈਆਂ ਤੁਹਾਨੂੰ ਪਤਾ ਹੀ ਆ ਜਦੋਂ ਦੇਖਦੇ ਆ ਜਦੋਂ ਪੁਰਾਣੀਆਂ ਵੀਡੀਓ ਕਿੰਨਾ ਪਿਆਰ ਮਿਲਦਾ ਹੱਸਦੇ ਖੇਡਦੇ ਨੱਚਦੇ ਖੇਡਦੇ ਵੀਡੀਓ ਬਣਾਉਂਦੇ ਹੁੰਦੇ ਸੀ ਤੇ ਉਸ ਵੀਡੀਓ ਨੂੰ ਟਾੜਾ ਪਿਆਰ ਵੀ ਉਹ ਮਿਲਦਾ ਮੇਰੀ ਇੱਕ ਤੁਹਾਡੇ ਮੂਰੇ ਬੇਨਤੀ ਆ ਵੀ ਅਸੀਂ ਆਪਣੀ ਮਰਜ਼ੀ ਨਾਲ ਉਹ ਕਿਤਾ ਨਹੀਂ ਛੱਡਿਆ ਮੈਂ ਜਿਹੜੇ ਵੀਰਾਂ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਉਹ ਸਾਡੀ ਮਜਬੂਰੀ ਨਾਲ ਕਿਤਾ ਮਾਤਾ ਛੜਕਿਆ ਪਰ ਅਸੀਂ ਫੇਰ ਉਸ ਨੂੰ ਜੇ ਬਾਬੇ ਨੇ ਚਾਇਆ ਤਾਂ ਫੇਰ ਅਪਣਾਵਾਂਗੇ ਤੇ ਖੇਤੀ ਤਾਂ ਆਪਣੀ ਕਿਸਾਨਾਂ ਦੀ ਜਾਨ ਉਹ ਤੋਂ ਬਿਨਾ ਤਾਂ ਪਰ ਹੈ ਨਹੀਂ ਸਕਦੇ ਉਹ ਤੇ ਜਿੱਦਾਂ ਵੀ ਜਿੰਨੀ ਕਹਿ ਗਈ ਬਾਬੇ ਉਨੀ ਕਰਾਂਗੇ ਹਨਾ ਤੇ ਬਾਕੀ ਗੱਲ ਸ਼ੌਪ ਦੀ ਸ਼ੌਪ ਤੇ ਤੁਸੀਂ ਆਉਨੇ ਆ ਵਧੀਆ ਲੱਗਦਾ ਵਧੀਆ ਚ ਮੋਲਦੇ ਆ ਤੇ ਕੱਪੜਾ ਵਧੀਆ ਆਪਾਂ ਤੁਹਾਨੂੰ ਵਧੀਆ ਵੀ ਸਾਰੇ ਜਗ੍ਹਾ ਹੀ ਵਧੀਆ ਮਿਲਦਾ ਪਰ ਗੱਲ ਇਹ ਹੁੰਦੀ ਆ ਕਿ ਜਦੋਂ ਸਾਡੇ ਕੋ ਆਉਂਦੇ ਆ ਕਿ ਮੈਨੂੰ ਆਉਂਦੇ ਆ ਸਾਡੇ ਪਰਿਵਾਰ ਸਮਝ ਕੇ ਸਾਨੂੰ ਵੀ ਖੁਸ਼ੀ ਹੁੰਦੀ ਆ ਤੇ ਤੁਹਾਨੂੰ ਵੀ ਹੁੰਦੀ ਆ ਥੋੜਾ ਜਿਹਾ ਆਪਾਂ ਤੁਹਾਨੂੰ ਜੈ ਚੀਜ਼ ਰੇਟ ਤੇ ਦੇਵਾਂਗੇ ਤਾਂ ਭੈ ਤੁਹਾਨੂੰ ਵੀ ਵਧੀਆ ਲੱਗੂਗਾ ਪਈ ਸਾਡੇ ਤੋਂ ਆਉਣ ਦਾ ਫਾਇਦਾ ਤੇ ਮੈਂ ਤੇ ਇਹ ਚਾਹਨਾ ਵੀ ਜਿਸ ਵੀਰ ਨੇ ਜੋ ਵੀ ਕੰਮ ਕਰ ਕੀਤਾ ਸ਼ੁਰੂ ਕੀਤਾ ਹੋਵੇ ਰੱਬ ਉਹਨੂੰ ਤਰੱਕੀਆਂ ਬਖਸ਼ੇ ਤਾਂ ਭਾਵੇਂ ਮਾੜੇ ਟਾਈਮ 'ਚ ਕੋਈ ਵੀ ਵੀਰ ਹੋਵੇ ਕਿਸੇ ਦਾ ਵੀ ਕਿਸੇ ਤਰ੍ਹਾਂ ਦੇ ਭਮਾ ਬੈਰੀ ਦੁਸ਼ਮਣ ਹੋਵੇ ਰੱਬ ਸਾਰਿਆਂ ਦਾ ਆਪਾਂ ਨੂੰ ਉਹਨਾਂ ਦੀ ਸੰਯੋਗ ਮਤਲਬ ਸੰਯੋਗ ਦੇਣਾ ਚਾਹੀਦਾ ਤਾਂ ਜੋ ਮੁੜ ਕੇ ਪੈਰਾਂ ਤੇ ਫੇਰ ਖੜ ਸਕੇ ਤੇ ਅੱਜ ਦਾ ਥੋੜਾ ਜਿਹਾ ਜਿਹੜਾ ਬਲੌਗ ਸੀ ਆਪਣੀਆਂ ਦਿਲ ਦੀਆਂ ਗੱਲਾਂ ਸੀ ਥੋੜਾ ਜਿਹਾ ਦਾਸ ਸੀ ਗਾਂ ਕੋਈ ਨਹੀਂ ਆਪਾਂ ਹੁਣ ਵੀਡੀਓ ਬਣਾਉਣ ਲੱਪੜੇ ਜਿੱਦਾਂ ਕਵੀਰ ਪਹਿਲਾਂ ਸਾਡੀਆਂ ਵੀਡੀਓ ਦੇਖਦੇ ਸੀ ਵੀ ਤੁਸੀਂ ਟੱਪੇ ਵਾਲੀਆਂ ਵੀਡੀਓ ਬਣਾਇਆ ਕਰੋ ਹੁਣ ਜਿਉਂ ਵੀ ਆਪਾਂ ਹਰ ਇੱਕ ਵੀਡੀਓ ਬਣਾਇਆ ਕਰਨੀ ਹੈ ਜਿੱਦਾਂ ਦੀਆਂ ਪਹਿਲਾਂ ਵੀਡੀਓਆਂ ਦੀਆਂ ਉਦਾਂ ਦੀਆਂ ਸ਼ੁਰੂ ਕਰਿਆ ਕਰਾਂਗੇ ਹੋਰ ਕੋਈ ਐਰੀ ਗੱਲਬਾਤ ਕਰ ਲਾ ਹੋਰ ਤੋਂ ਹੀ ਕਰਨੀ ਕਰਨ ਹਾਂ ਹੈਰੀਸਨ ਨੂੰ ਨਾਲ ਬੈਹ ਜਾਂਦਾ ਕੋਈ ਗੱਲਬਾਤ ਆਪ ਵੀ ਕਰਿਆ ਕਰ ਦੱਸ ਦੇ ਦੋ ਚਾਰ ਕੋਈ ਗੱਲਾਂ ਵੀ ਜਿਹਨੇ ਸਾਡੀ ਸ਼ੌਪ ਤੇ ਆਉਣਾ ਪਿੰਡ ਕਾਲਾ ਸਿੰਘ ਹੈ ਜ਼ਿਲ੍ਹਾ ਕਪੂਰਥਲਾ ਘੈਂਟ ਲੀਡੇ ਤੋਂ ਹੀ ਉੱਤੇ ਪੁੱਜ ਕੇ ਆ ਸਕਦੇ ਚੌਂਕੀ ਵਾਲੇ ਰਾਹ ਤੇ ਤੇ ਸਾਨੂੰ ਜੇ ਕਿਸ ਵੀਰ ਨੇ ਵੀ ਬਾਹਰੋਂ ਕੋਈ ਚੀਜ਼ ਮੰਗਾਉਣੀ ਆ ਸਾਨੂੰ ਆਪਣਾ ਸਹਿਜ ਦੱਸ ਦੇ ਵੀ ਆ ਸਾਡਾ ਸਹਿਜ ਆ ਐਕਸਲ ਐਮ ਡਬਲ ਐਕਸੋ ਤੇ ਵੀਡੀਓ ਕੋ ਸਾਡੇ ਨਾਲ ਕਰ ਸਕਦੇ ਤੁਸੀਂ ਕਮੈਂਟ ਆਉਣ ਲਾਪਣਾ ਹੈ ਜੀ ਤੇ ਬੋਲਦਾ ਨਹੀਂ ਲੱਗੇ ਵਹਿ ਜਾਂਦਾ ਉਹ ਉਹ ਤਾਂ ਨਹੀਂ ਕੋਈ ਗੱਲ ਕਿ ਮੈਂ ਕਿਉਂਕਿ ਕਈ ਵੇਲੇ ਹੁੰਦਾ ਵੀ ਅਸੀਂ ਕੋਈ ਤੱਕ ਕੇ ਨਹੀਂ ਵੀ ਐਸ ਜੀ ਟਾਪਿਕ ਤੇ ਗੱਲ ਕਰਨੀ ਮੈਂ ਜਿੱਦਾਂ ਹੁੰਨਾ ਉਦਾਂ ਹੀ ਬੋਲਣ ਲੱਪ ਪਈਦਾ ਤੇ ਬਾਬੇ ਦੀ ਮਿਹਰ ਅੱਜ ਤਾਈਂ ਕਦੀ ਕੱਟ ਕੇ ਵੀ ਨਹੀਂ ਇਦਾਂ ਗੱਲ ਬਣਾਈ ਜਾਂ ਕਹਿੰਦਾ ਲੈ ਵੀ ਇਸ ਵਾਰ ਸਹੀ ਨਹੀਂ ਬਣਿਆ ਜੋ ਬੋਲ ਹੋ ਗਿਆ ਜੋ ਦਿਲੋਂ ਨਿਕਲਦਾ ਉਹ ਹੀ ਗੱਲਬਾਤ ਸ਼ੁਰੂ ਕਰ ਦਿੰਨੇ ਆ ਹੋਰ ਬਹੁਤ ਸਾਰੀਆਂ ਭੈਣਾ ਸਾਡੀਆਂ ਮੈਨੂੰ ਫੋਨ ਕਰਦੀਆਂ ਆਪਣੇ ਵੀ ਦੁੱਖ ਕਈ ਵੇਲੇ ਦੱਸਣ ਲੱਪੈਂਦੀਆਂ ਵੀ ਮੇਰੇ ਨਾਲ ਇਦਾਂ ਹੋਇਆ ਇਦਾਂ ਉਹ ਮੈਨੂੰ ਆਪਣਾ ਭਰਾ ਸਮਝਦੀਆਂ ਤੇ ਮੈਨੂੰ ਵੀ ਮਾਣ ਹੁੰਦਾ ਵੀ ਚਲੋ ਮੇਰੀ ਭੈਣ ਹੈ ਨਹੀਂ ਸੀ ਕੋਈ ਮੇਰੀ ਮਾਸੀ ਦੀਆਂ ਮਾਮੇ ਦੀਆਂ ਕੁੜੀਆਂ ਹੈਗੀਆਂ ਭੈਣਾ ਉਹ ਨਹੀਂ ਗੱਲ ਪਰ ਗੱਲ ਆ ਵੀ ਜਿਹੜੀ ਸਹੀ ਭੈਣ ਹੁੰਦੀ ਆ ਉਹ ਵੀ ਮਤਲਬ ਭੈਣ ਹੀ ਹੁੰਦੀ ਹੈ ਹੈਗੀਆਂ ਉਹ ਵੀ ਭੈਣਾ ਪਰ ਮੈਨੂੰ ਜਦੋਂ ਕੋਈ ਲੇਡੀਜ਼ ਫੋਨ ਕਰਦੀ ਆ ਤੇ ਮਤਲਬ ਇੱਕ ਲੱਗਦਾ ਆ ਇੱਕ ਖੇਚ ਜੀ ਪੈਂਦੀ ਆ ਵੀ ਹਾਂ ਉਹ ਮੈਨੂੰ ਆਪਣਾ ਭਰਾ ਸਮਝਦੀਆਂ ਆ ਤੇ ਤਾਂ ਹੀ ਮੈਂ ਨਾ ਦੋਖਸਾ ਕਰਦੀਆਂ ਤੇ ਇਸ ਲਈ ਦੂਜੀ ਗੱਲ ਇਹ ਆ ਬਈ ਕਈ ਵੀਰ ਪੁੱਛਦੇ ਸਾਨੂੰ ਤੁਹਾਡੀ ਸ਼ਾਪ ਦਾ ਪਤਾ ਨਹੀਂ ਲੱਗਦਾ ਤੁਸੀਂ ਮੇਨ ਅੱਡੇ ਖਾਸ ਕਾਲੇ ਆ ਕੇ ਬਸ ਚੌਂਕੀ ਵਾਲਾ ਰਾਹ ਪੁੱਛ ਲੈਣਾ ਉੱਥੇ ਤੁਹਾਨੂੰ ਮੋਹਰੇ ਘੈਂਟ ਲੀਡੇ ਕੱਪੜਿਆਂ ਵਾਲੀ ਸ਼ਾਪ ਆਪਣੀ ਮਿਲ ਜਾਊਗੀ ਆਈਓ ਸਾਨੂੰ ਮਿਲ ਕੇ ਜਾਈਓ ਪਰ ਇੱਕ ਗੱਲ ਜਰੂਰ ਜੇਸ ਵੀਰ ਨੇ ਹੋਣਾ ਵੀ ਥੋੜਾ ਜਿਹਾ ਟਾਈਮ ਕੱਢ ਕੇ ਆਈਓ ਕਿਉਂਕਿ ਅਸੀਂ ਚਾਹ ਚੂ ਪੀਣ ਤੋਂ ਮੇਰਾ ਜਾਨ ਨਹੀਂ ਦਿੰਦੇ ਕਿ ਨਹੀਂ ਇਹ ਨਾ ਹੋਵੇ ਵੀ ਤੁਸੀਂ ਕਾਲੀ ਕਾਲੀ ਆਉਂ ਨਹੀਂ ਬਈ ਤੇ ਦੂਜੀ ਗੱਲ ਇੱਕ ਪੱਲੇ ਵੱਨ ਲੋ ਜ਼ਰੂਰੀ ਨਹੀਂਗਾ ਵੀ ਸਾਡੇ ਤੋਂ ਤੁਸੀਂ ਕੱਪੜੇ ਲੈਣ ਹੀ ਆਣ ਉਦਾਂ ਵੀ ਮੈਂ ਨਾ ਸਕਦੇ ਆ ਕਈ ਵੀਰਾਂ ਨੂੰ ਤਾਂ ਨਹੀਂ ਯਾਰ ਜੇ ਮੈਂ ਜਾਵਾਂ ਕੋਈ ਚੀਜ਼ ਲੈਣੀ ਪਊ ਉਹ ਗੱਲ ਚੁੱਪ ਲੇਖਾ ਕੱਢ ਦੋ ਅੱਗੇ ਮੇਰੇ ਕੋਲ ਟਾਈਮ ਨਹੀਂ ਸੀ ਖੂਤੇ ਕੰਮਾਂ ਕਰਾਂ ਚ ਹੁਣ ਆਪਣੇ ਕੋਲ ਟਾਈਮ ਆ ਉੱਥੇ ਬੈਠੀ ਦਾ ਆ ਤੇ ਇਸ ਕਰਕੇ ਉਥੇ ਹੋਈ ਦਾ ਕੋਈ ਵੀ ਵੀਰ ਆ ਸਕਦਾ ਮੈਨ ਨਾ ਸਕਦਾ ਆਪਣੇ ਕੋਈ ਗੱਲ ਵਾ ਸਾਡੇ ਨਾਲ ਕਰਨਾ ਚਾਹੁੰਦਾ ਕਰ ਸਕਦਾ ਹਨ ਤੇ ਦੂਜੀ ਗੱਲ ਇੱਕ ਇਹ ਵੀ ਆ ਤੀਜੀ ਇਹ ਦੂਜੀ ਤਾਂ ਪਹਿਲਾਂ ਕਰ ਲਈ ਤੀਜੀ ਗੱਲ ਇਹ ਆ ਕਿ ਕਿਸੇ ਵੀ ਨੇ ਦਿਨ ਕਿਣਾ ਆਪਾਂ ਤੁਹਾਡੇ ਫੈਨ ਆ ਆਪਾਂ ਤੁਹਾਡੇ ਜਿਹੜਾ ਮੇਰੀ ਉਮਰ ਤੋਂ ਮੇਰੀ 40 41 ਸਾਲ ਹੋ ਗਈ ਵੱਡਾ ਉਹ ਮੇਰੇ ਕਹਾ ਮੈਂ ਤੁਹਾਡਾ ਵੱਡਾ ਵੀਰ ਆ ਜਿਹੜਾ ਛੋਟੀ ਉਮਰ ਦਾ ਉਹ ਮੈਨੂੰ ਕਵੇ ਮੈਂ ਤੁਹਾਡਾ ਛੋਟਾ ਵੀਰ ਇੰਨੀ ਕੁ ਮਿਹਰਬਾਨੀ ਜ਼ਰੂਰ ਕਰਿਆ ਕਰੋ ਤੇ ਸਾਡੇ ਜਿਹੜਾ ਮੇਰੇ ਜੱਡਾ ਉਹ ਅੰਕਲ ਜੀ ਉਹ ਅੰਕਲ ਵੀ ਹੁਣ ਕਹਿ ਸਕਦਾ ਪਰ ਵੀ ਵੇਲੇ ਜਿਹੜੀਆਂ ਨਾ ਜੋ 40 42 ਸਾਲ ਦਾ ਬੰਦਾ ਹੋ ਜਾਂਦਾ ਉਹ ਅੰਕਲ ਕਹਿਣ ਤੋਂ ਥੋੜਾ ਜਿਆ ਘਰਦਾ ਹੁੰਦਾ ਯਾਰ ਉਹ ਸਾਨੂੰ ਵੀ ਹੁੰਦਾ ਜਦੋਂ ਅਗਲੇ ਕਹਿੰਦੇ ਅੰਕਲ ਐ ਰਹੀ ਕਿਤੇ ਆ ਮਨ ਚਾਉਂਦਾ ਲੈ ਵੀ ਅੰਕਲ ਬਣ ਗਿਆ ਜਿਵੇਂ ਜੇ ਕੱਲ ਪਰसों ਵਿਹਾਂ ਚ ਖੇਲਦੇ ਹੀ ਪਰ ਮੈਂ ਇਹ ਕਹਿਣਾ ਉਹ ਮਰੀ ਇਦਾਂ ਦੀ ਇਹ ਉਮਰ ਦੇ ਵਿੱਚ ਨਾ ਉਹ ਲੈਦੇ ਹੁੰਦਾ ਉਹ ਬੋਲੀ ਨਹੀਂ ਮੈਂ ਸਮਝਿਆ ਵੀ ਸਾਰਾ ਬਲੌਗ ਬਣ ਚੱਲਾ ਮੈਂ ਕੀ ਅੰਕਲ ਤਾਂ ਕਿ ਤਾਂ ਨੂੰ ਇਹ ਤਾਂ ਗੱਲ ਹੈ ਵੀ ਸਾਰਾ ਭਲਾਉ ਵਾਂਜਾ ਹਾਣ ਆਪਾਂ ਹਾਣ ਆਪਾਂ ਇਹ ਸੇਜ ਦੇ ਵਿੱਚ ਹੈਗੇ ਆਂ ਤੇ ਆਪਾਂ ਨੂੰ ਨਿਆਣਿਆਂ ਨਹੀਂ ਅੰਕਲ ਆਂਟੀ ਕਹਿਣਾ ਆ ਕਿਉਂਕਿ ਆਪਣਾ ਮੁੰਡਾ ਹੀ ਆਪਣੇ ਬਰਾਬਰ ਦਾ ਹੋ ਚੱਲਾ ਆ ਤੇ ਫੇ ਆਪਾਂ ਹੁਣ ਅੰਕਲ ਆਂਟੀ ਆ ਮੈਂ ਉਹ ਨਹੀਂ ਕਹਿੰਦਾ ਅੰਕਲ ਆਂਟੀ ਮਤਲਬ ਆਪਾਂ ਨੂੰ ਇਦਾਂ ਲੱਗਦਾ ਵੀ ਹਜੇ ਹੁਣ ਤਾਂ ਹੀ ਸਹੀ ਗੱਲ ਉਮਰ ਇਹ ਕਿ ਉਮਰ ਇਦਾਂ ਦੀ ਆ ਨਾ ਬੰਦੇ ਨੂੰ ਪਤਾ ਲੱਗਦਾ ਵੀ ਮੈਂ ਯੰਗ ਹੀ ਆ ਤੇ ਨਾ ਪਤਾ ਲੱਗਦਾ ਮੈਂ ਇਹ ਉਮਰ ਨੂੰ ਅੱਧ ਖੜ ਕਹਿੰਦੇ ਆ ਅੱਧ ਖੜ ਜੀ ਇਹ ਰੋਤ ਬਦਲ ਨਾ ਨਾ ਤਾਂ ਬਸ ਜਿੱਕੀ ਟੱਟ ਚੜ ਨਾ ਮੰਨ ਕਰਦਾ ਬੰਦੇ ਨੂੰ ਨਿਆਣਿਆਂ 'ਚ ਬੈਠਾ ਕਿਹੜਾ ਲੈ ਨਿਆਣਾ ਬਣਿਆ ਫਿਰਦਾ ਥੋੜਾ ਜਿਹਾ ਸਿਆਣਾ ਬੈ ਲੈ ਤੂੰ ਹੁਣੇ ਬੁੱਢਾ ਹੋ ਗਿਆ ਇਹ ਦੋਨਾਂ ਪਾਸੇ ਆ ਬਈ ਮਤਲਬ ਬਰਾਬਰ ਜਿਹੇ ਦਾ ਇਹ ਇਦਾਂ ਇਧਰ ਬੁੱਢਾ ਬੈਠਾ ਹੋਵੇ ਮਤਲਬ ਬਯੋਰਗ ਬੈਠਾ ਹੋਵੇ ਇਧਰ ਬੱਚਾ ਬੈਠਾ ਹੋਵੇ ਕੱਬੇ ਕੁਰਸੀ ਢਾਲੋ ਵੀ ਅਸੀਂ ਗਵਲਾ ਮੇਲਾ ਸਹੀ ਗਾਇਓ ਓਕੇ ਬਾਈ ਖੁਸ਼ ਰਹੋ ਤੰਦਰੁਸਤੀ ਰਹੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਯਾਰ ਇਹ ਸਾਨੂੰ ਵੀਰ ਸਪੋਰਟ ਕਰਦੇ ਆ ਇਦਾਂ ਹੀ ਕਰਦੇ ਰਹੋ ਸਾਡੀ ਸ਼ੌਪ ਤੇ ਆਓ ਘੈਂਟ ਲੀੜੇ ਹੈਰੀ ਫੇ ਆਪਣੀਆਂ ਗੱਲਾਂ ਲਗਾਉਣ ਨੂੰ ਬੈਠਾ ਹੁੰਦਾ ਮਚ ਲਾਲ ਇਹ ਕੋ ਲੋ ਆਉਂਦਾ ਬਰਾਬਰ ਇਦਾਂ ਗੱਲਾਂ ਵੀ ਹੈਰੀ ਫੇ ਤੇਰੀ ਗੱਲਾਂ ਕਰਨ ਨੂੰ ਗੱਲਾਂ ਕਰਨ ਨੂੰ ਹੁੰਦੀਆਂ ਗੱਲਾਂ ਲਗਾਉਣ ਨੂੰ ਹੁੰਦੀਆਂ ਇਹ ਹੈਰੀ ਫੇ ਆਪਣੇ ਉਮਰ ਦੇ ਹਿਸਾਬ ਨਾਲ ਕੋ ਲੋ ਹੁੰਦਾ ਸਾਡੇ ਦੌਰ ਟੱਗਿਆ ਪਤਾ ਨਹੀਂ ਕਿੱਥੇ ਆ ਤੇ ਤੁਸੀਂ ਆ ਕੇ ਸਾਡੀ ਸ਼ੌਪ ਤੇ ਸਾਡੇ ਨਾਲ ਜੂਰ ਕੰਡੈਕਟ ਕਰਿਓ ਹੈਰੀ ਆਪਣਾ ਦੱਸਦੇ ਮੋਬਾਈਲ ਨੰਬਰ 8837993473 ਜਿਸ ਵੀਰ ਨੇ ਕੋਈ ਵੀ ਮਤਲਬ ਸਾਨੂੰ ਆਉਣ ਦਾ ਆਉਣਾ ਹੋਵੇ ਜਾਂ ਫੋਨ ਕਰਕੇ ਸਾਡੀ ਲੋਕੇਸ਼ਨ ਦੁਕਾਨ ਦੀ ਪੁੱਛਣੀ ਹੋਵੇ ਉਹ ਸਾਡਾ ਨੰਬਰ ਨੋਟ ਕਰ ਲਓ 8437993473 73 73 73 72 ਨਹੀਂ ਬਾਏ ਬਾਏ ਓਕੇ ਓਕੇ ਖੁਸ਼ ਖੁਸ਼ ਰਹੋ ਤੇ ਤੰਦਰੁਸਤ ਰਹੋ